ਬੱਚਿਓ ਅੱਜ ਅਸੀਂ ਪੰਜਾਬੀ ਦਾ ਪਾਠ ਨੰਬਰ 16 ਕਰਾਂਗੇ ਪਾਠ ਨੰਬਰ 16 ਕੀ ਆ ਸਾਡੀ ਫੁੱਲਵਾੜੀ ਫੁੱਲਵਾੜੀ ਬੇਟਾ ਕੀ ਹੁੰਦੀ ਹੈ ਫੁੱਲਵਾੜੀ ਜਿਸ ਦੇ ਵਿੱਚ ਅਸੀਂ ਫੁੱਲ ਲਗਾ ਸਕਦੇ ਹਾਂ ਵਧੀਆ ਸਜਾਵਟੀ ਪੌਦੇ ਲਗਾ ਸਕਦੇ ਹਾਂ ਫਲ ਉਗਾ ਸਕਦੇ ਹਾਂ ਤਾਜ਼ੀਆਂ ਸਬਜ਼ੀਆਂ ਅਸੀਂ ਉਗਾ ਸਕਦੇ ਹਾਂ ਸਾਡਾ ਘਰ ਕਾਫੀ ਵੱਡਾ ਹੈ 1 ਕੋਠੀ ਵਰਗਾ ਬਣਿਆ ਹੋਇਆ ਹੈ ਐਸ ਦੇ ਆਲੇ ਦੁਆਲੇ ਅਸੀਂ ਵੱਡੀ ਸਾਰੀ ਫੁੱਲਵਾੜੀ ਬਣਾਈ ਹੋਈ ਹੈ ਇਸ ਵਿੱਚ ਗੇਂਦਾ ਸਤਵਰਗ ਕਲੀਆਂ ਜੀਨੀਆ ਗੁਲਾਬ ਝਮੇਲੀ ਆਦ ਫੁੱਲ ਹਮੇਸ਼ਾ ਹੀ ਖਿੜੇ ਰਹਿੰਦੇ ਹਨ ਬੇਟਾ ਇਹ ਸਾਰੇ ਫੁੱਲਾਂ ਦੇ ਨਾਂ ਨਹੀਂ ਠੀਕ ਹੈ ਗੇਂਦਾ ਹੋ ਗਿਆ ਸਤਵਰਗ ਹੋ ਗਿਆ ਆ ਗਲੀਆਂ ਹੋ ਗਈਆਂ ਜੀਨੀਆ ਗੁਲਾਬ ਚਮੇਲੀ ਇਹ ਸਾਰੇ ਕਿੰਨੇ ਫੁੱਲ ਨੇ ਜਦੋਂ ਫੁੱਲ ਮਹਿਕਾਂ ਛੱਡਦੇ ਹਨ ਇਹਦੇ ਵਿੱਚ ਮਹਿਕਾਂ ਦਾ ਕੀ ਅਰਥ ਹੈ ਬੇਟਾ ਖੁਸ਼ਬੂ ਖੁਸ਼ਬੂ ਛੱਡਣੀ ਖੁਸ਼ਬੂਆਂ ਛੱਡਣੀਆਂ ਤਾਂ ਮਨ ਖੁਸ਼ ਹੋ ਜਾਂਦਾ ਹੈ ਮੈਨੂੰ ਗੁਲਾਬ ਦਾ ਫੁੱਲ ਬਹੁਤ ਚੰਗਾ ਲੱਗਦਾ ਹੈ ਫੁੱਲਾਂ ਉੱਪਰ ਰੰਗ ਬਰੰਗੀਆਂ ਤਿਤਲੀਆਂ ਘੁੰਮਦੀਆਂ ਹਨ ਕਾਲੀ ਕਾਲੀ ਪੰਵਰੀ ਘੁੰਮਦੀ ਨਜ਼ਰ ਆਉਂਦੀਆਂ ਹਨ ਸ਼ਹਿਦ ਦੀਆਂ ਮੱਖੀਆਂ ਫੁੱਲਾਂ ਦਾ ਰਸ ਚੂਸ ਕੇ ਸ਼ਹਿਦ ਬਣਾਉਂਦੀਆਂ ਹਨ ਇਹਨਾਂ ਸਾਰਿਆਂ ਦੀ ਫੁੱਲਾਂ ਨਾਲ ਚੰਗੀ ਦੋਸਤੀ ਹੈ ਇਹ ਬੇਟਾ ਸਾਰੇ ਕੀਟ ਪਤੰਗੇ ਨਹੀਂ ਜਿਦੇ ਵਿੱਚ ਕੀ ਆ ਤਿਤਲੀਆਂ ਹੋ ਗਈਆਂ ਇਹ ਵੀ ਫੁੱਲਾਂ ਤੇ ਰਹਿੰਦੀਆਂ ਨੇ ਕਾਲੇ ਪਵਰੇ ਹੋ ਗਏ ਤੇ ਸ਼ਹਿਦ ਦੀਆਂ ਮੱਖੀਆਂ ਜੋ ਫੁੱਲਾਂ ਦਾ ਰਸ ਜਿਹੜਾ ਹੈਗਾ ਉਹ ਚੂਸਦੀਆਂ ਹਨ ਰਸ ਚੂਸ ਕੇ ਤਾਂ ਉਹ ਸਾਡੇ ਲਈ ਕੀ ਤਿਆਰ ਕਰਦੀਆਂ ਨੇ ਸ਼ਹਿਦ ਠੀਕ ਹੈ ਸ਼ਹਿਦ ਸਾਡੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ ਫੁੱਲ ਬਾੜੀ ਵਿੱਚ ਅਸੀਂ ਆਮ ਜਾਮਨ ਅੰਬ੍ਰੂਤ ਅਨਾਰ ਸੰਤਰੇ ਕਿਨੂ ਪਪੀਤੇ ਆਦਿ ਫਲਾਂ ਦੇ ਪੌਦੇ ਵੀ ਲਗਾਏ ਹੋਏ ਹਨ ਇਹ ਸਾਨੂੰ ਤਾਜ਼ੀ ਫਲ ਦਿੰਦੇ ਹਨ ਫਲਵਾੜੀ ਦੇ ਵਿੱਚ ਬੇਟਾ ਇਹ ਸਾਰੇ ਫਰੂਟਸ ਨੇਮ ਨਹੀਂ ਫਲਾਂ ਦੇ ਨਾਮ ਨਹੀਂ ਜਿਹੜੇ ਅਸੀਂ ਫਲਵਾੜੀ ਦੇ ਵਿੱਚ ਲਗਾ ਸਕਦੇ ਹਾਂ ਫਲਵਾੜੀ ਵਿੱਚ ਮੇਰੇ ਦਾਦਾ ਜੀ ਗਾਜਰਾਂ ਮੂਲੀਆਂ ਬੈਂਗਣ ਪਿੰਡੀਆਂ ਹਰਾ ਧਨੀਆ ਤੋਰੀਆਂ ਗੋਭੀ ਆਦ ਸਬਜ਼ੀਆਂ ਵੀ ਲਾਉਂਦੇ ਹਨ ਇਹ ਸਾਰੇ ਬੇਟਾ ਸਬਜ਼ੀਆਂ ਦੇ ਨਾਂ ਨਹੀਂ ਜੋ ਅਸੀਂ ਫਲਵਾੜੀ ਦੇ ਵਿੱਚ ਲਗਾ ਸਕਦੇ ਹਾਂ ਇਸ ਤਰ੍ਹਾਂ ਅਸੀਂ ਤਾਜੀ ਸਬਜ਼ੀ ਖਾਂਦੇ ਹਾਂ ਫਲਵਾੜੀ ਵਿੱਚ ਅਸੀਂ ਗੁਲਮੋਹਰ ਅਮਲਤਾਸ ਨਿੰਮ ਅਸ਼ੋਕਾ ਆਦ ਕਈ ਤਰ੍ਹਾਂ ਦੀ ਸਜਾਵਟੀ ਪੌਦੇ ਵੀ ਲਗਾਏ ਹੋਏ ਹਨ ਇਹ ਸਜਾਵਟੀ ਪੌਦੇ ਨੇ ਬੇਟਾ ਜਿਸ ਦੇ ਵਿੱਚ ਗਲਮੋਰ ਹੋ ਗਿਆ ਨਿੰਮ ਹੋ ਗਈ ਐ ਸ਼ੋਕਾ ਹੋ ਗਿਆ ਅਮਲਤਸ ਹੋ ਗਿਆ ਇਹ ਸਾਰੇ ਕਿਹਨੇ ਸਜਾਵਟੀ ਪੌਦੇ ਨੇ ਜੋ ਅਸੀਂ ਆਪਣੇ ਘਰ ਦੀ ਫਲਵਾੜੀ ਦੇ ਵਿੱਚ ਲਗਾ ਸਕਦੇ ਹਾਂ ਤੇ ਉਹਨਾਂ ਨੇ ਆਪਣੇ ਘਰ ਦੀ ਫਲਵਾੜੀ ਦੇ ਵਿੱਚ ਇਹ ਪੌਦੇ ਲਗਾਏ ਹੋਏ ਹਨ ਇਹ ਸਭ ਪੌਦੇ ਸਾਡੀ ਫਲਵਾੜੀ ਦੀ ਸ਼ਾਨ ਹਨ ਮੇਰੇ ਦਾਦਾ ਜੀ ਫੁੱਲਵਾੜੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ ਦੇਖਭਾਲ ਕਰਨੀ ਹੁੰਦੀ ਹੈ ਬੇਟਾ ਉਸ ਦੀ ਚੰਗੀ ਤਰ੍ਹਾਂ ਨਿਗਰਾਨੀ ਕਰਨੀ ਠੀਕ ਹੈ ਤਾਂ ਉਸ ਦੇ ਵਿੱਚੋਂ ਜਿਵੇਂ ਕੀ ਕਰਦੇ ਨੇ ਉਹ ਉਹ ਇਸ ਨੂੰ ਰੋਜ਼ ਪਾਣੀ ਦਿੰਦੇ ਹਨ ਇਸ ਵਿੱਚ ਗੋਡੀ ਕਰਦੇ ਹਨ ਗੋਡੀ ਕਰਨਾ ਕੀ ਹੁੰਦਾ ਬੇਟਾ ਕਿ ਜ਼ਮੀਨ ਨੂੰ ਪੋਲੀ ਕਰਨਾ ਉਹਦੇ ਵਿੱਚੋਂ ਜਿਹੜੇ ਵਾਧੂ ਨਦੀਨ ਆ ਵਾਧੂ ਘਾਹ ਫੂਸਾ ਉਹਨੂੰ ਕੱਢਣਾ ਠੀਕ ਹੈ ਤੇ ਉਹਨਾਂ ਦੀ ਚੰਗੀ ਤਰ੍ਹਾਂ ਜ਼ਮੀਨ ਨੂੰ ਪੋਲੀ ਕਰਕੇ ਉਹਨਾਂ ਦੀ ਦੇਖਭਾਲ ਜਿਹੜੀ ਹੈਗੀ ਕਰਨੀ ਤਾਂ ਜੋ ਜਿਹੜੇ ਹੈਗੇ ਉਹ ਪੌਦੇ ਆ ਉਹ ਚੰਗੀ ਤਰ੍ਹਾਂ ਵੱਧ ਫੁੱਲ ਸਕਣ ਤੇ ਦੇਸੀ ਖਾਦ ਪਾਉਂਦੇ ਹਨ ਦੇਸੀ ਖਾਦ ਬੇਟਾ ਹੁੰਦੀ ਹੈ ਘਰ ਦੀ ਖਾਦ ਜਿਹੜੀ ਕਿ ਅਸੀਂ ਮੱਜਾਂ ਦੇ ਕੋਬਰ ਤੋਂ ਗਾਵਾਂ ਦੇ ਗੋਬਰ ਤੋਂ ਜਿਹੜੀ ਖਾਦ ਬਣਦੀ ਆ ਜਿਹੜਾ ਉਹਨਾਂ ਦਾ ਗੋਬਰ ਹੁੰਦਾ ਉਹ ਤੋਂ ਖਾਦ ਬਣਦੀ ਉਹ ਅਸੀਂ ਇਹਨਾਂ ਪੌਦਿਆਂ ਦੇ ਲਈ ਬੜੀ ਲਾਭਕਾਰੀ ਹੁੰਦੀ ਆ ਇਸ ਤਰ੍ਹਾਂ ਸਾਡੀ ਫਲਵਾੜੀ ਖੂਬ ਵੱਧੀ ਫੁੱਲਦੀ ਹੈ ਇਸ ਤਰ੍ਹਾਂ ਕਰਨ ਦੀ ਨਾਲ ਕੀ ਆ ਉਹਨਾਂ ਦੀ ਫਲਵਾੜੀ ਆ ਜਿਹੜੀ ਉਹ ਪ੍ਰੋਗਰੈਸ ਕਰਦੀ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਚੰਗੀਆਂ ਸਬਜ਼ੀਆਂ ਬਣਦੀਆਂ ਨੇ ਤਾ ਚੰਗੀ ਜਿਹੜੀ ਹੈਗੀ ਆ ਫਲ ਫਰੂਟ ਉਥੇ ਲੱਗਦੇ ਨੇ ਠੀਕ ਹੈ ਇਸ ਦੇ ਨਾਲ ਹੀ ਬੇਟਾ ਇਹ ਸਾਡਾ ਜਿਹੜਾ ਲੈਸਨ ਆ ਕੰਪਲੀਟ ਹੁੰਦਾ ਆ ਤੇ ਹੁਣ ਅਸੀਂ ਇਸ ਦਾ ਜਿਹੜਾ ਹੈਗਾ ਕਿਤਾਬ ਦਾ ਅਭਿਆਸ ਕਰਾਂਗੇ ਹਾਂਜੀ ਬੱਚਿਓ ਹੁਣ ਅਸੀਂ ਇਸ ਦੇ ਵਿੱਚ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਔਖੇ ਸ਼ਬਦਾਂ ਦੇ ਅਰਥ ਦੇ ਵਿੱਚ ਕੀ ਆ ਪਹਿਲਾ ਕੀ ਆ ਬੇਟਾ ਮਹਿਕਾ ਮਹਿਕਾ ਕੀ ਹੁੰਦੀਆਂ ਨੇ ਖੁਸ਼ਬੂਆਂ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਵਾਂਗੇ ਫ੍ਰੈਂਗਰੈਂਸ ਦੂਸਰਾ ਬੇਟਾ ਕੀ ਆ ਪੌਦੇ ਪੌਦੇ ਕੀ ਹੁੰਦੇ ਨੇ ਬੂਟੇ ਪਲਾਂਟਸ ਗੋਡੀ ਕਰਨਾ ਗੋਡੀ ਕਰਨਾ ਬੇਟਾ ਕੀ ਹੁੰਦਾ ਜ਼ਮੀਨ ਨੂੰ ਪੋਲੀ ਕਰਨਾ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕੀ ਕਵਾਂਗੇ ਫੀਲਡ ਗੈਟ ਰੈਡੀ ਫॉर ਫਾਰਮਿੰਗ ਇਸ ਤੋਂ ਬਾਅਦ ਬੇਟਾ ਹੈਗਾ ਦੋਸਤੀ ਦੋਸਤੀ ਕੀ ਹੁੰਦਾ ਮਿੱਤਰਤਾ ਫਰੈਂਡਸ਼ਿਪ ਅੱਗੇ ਕੀ ਆ ਦੇਖਭਾਲ ਦੇਖਭਾਲ ਕੀ ਹੁੰਦਾ ਨਿਗਰਾਨੀ ਕਰਨੀ ਕੇਅਰ ਟੇਕਿੰਗ ਵਾਦੀ ਫੁੱਲ ਦੀ ਵਾਦੀ ਫੁੱਲ ਦੀ ਕੀ ਹੁੰਦਾ ਤਰੱਕੀ ਕਰਦੀ ਮੇਕ ਪ੍ਰੋਗਰੈਸ ਠੀਕ ਹੈ ਬੱਚਿਓ ਹੁਣ ਅਸੀਂ ਇਸ ਦੇ ਵਿੱਚ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ ਜਿਸ ਨੂੰ ਅਸੀਂ ਕਹਿੰਦੇ ਐਮਸੀਕਿਊ ਇਹਦੇ ਵਿੱਚ ਬੇਟਾ 3 ਆਪਸ਼ਨ ਦਿੱਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਰਾਈਟ ਆਪਸ਼ਨ ਹੁੰਦੀ ਆ ਜਿਹੜੀਆਂ 2 ਆਪਸ਼ਨ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ ਰੋਂਗ ਤਾਂ ਪਹਿਲਾਂ ਅਸੀਂ ਦਾ ਕੁਐਸਚਨ ਪੜਾਂਗੇ ਕੀ ਆ ਫੁੱਲਾ ਉੱਪਰ ਕੀ ਘੁੰਮਦਾ ਨਜ਼ਰ ਆਉਂਦਾ ਹੈ ਫੁੱਲਾਂ ਉੱਪਰ ਕੀ ਘੁੰਮਦਾ ਨਜ਼ਰ ਆਉਂਦਾ ਬੇਟਾ ਭੂਤ ਭੂਤ ਤਿਤਲੀਆਂ ਪਵਰੇ ਤਾਂ ਸਾਨੂੰ ਅਸੀਂ ਪੜ ਚੁੱਕੇ ਹਾਂ ਕਿ ਫੁੱਲਾਂ ਦੇ ਉੱਤੇ ਕੀ ਮੜਰਾਉਂਦੇ ਨੇ ਕੀ ਘੁੰਮਦੇ ਨੇ ਤਿਤਲੀਆਂ ਤੇ ਪਵਰੇ ਇਹਦੇ ਵਿੱਚ ਤਿਤਲੀਆਂ ਤੇ ਪਵਰੇ ਕੀ ਆ ਰਾਈਟ ਆਨਸਰ ਆ ਅੱਗੇ ਬੇਟਾ ਕੀ ਆ ਦਾਦਾ ਜੀ ਫੁੱਲਵਾੜੀ ਦੀ ਕੀ ਕਰਦੇ ਹਨ ਦਾਦਾ ਜੀ ਫੁੱਲਵਾੜੀ ਦੀ ਕੀ ਕਰਦੇ ਹਨ ਦੇਖਭਾਲ ਤਾਂ ਇਹਦਾ ਕੀ ਰਾਈਟ ਆਨਸਰ ਆ ਦੇਖਭਾਲ ਫੁੱਲਵਾੜੀ ਵਿੱਚ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਦੇਸੀ ਵਿਲਾਈਤੀ ਕਿ ਦਵਾਈ ਵਾਲੀ ਤਾਂ ਸਾਨੂੰ ਪਤਾ ਹੈ ਕਿ ਫਲਵਾੜੀ ਦੇ ਵਿੱਚ ਜਿਹੜੀ ਹੈਗੀ ਉਹ ਦੇਸੀ ਖਾਦ ਪਾਉਣੀ ਚਾਹੀਦੀ ਹੈ ਫੁੱਲ ਕੀ ਛੜਦੇ ਹਨ ਫੁੱਲ ਕੀ ਛੜਦੇ ਆ ਬੇਟਾ ਖੁਸ਼ਬੂ ਬੇਟਾ ਅਸੀਂ ਇਹਦੇ ਕੀ ਕਰਾਂਗੇ ਪ੍ਰਸ਼ਨ ਉੱਤਰ ਪ੍ਰਸ਼ਨ ਪਹਿਲਾ ਕੀ ਆ ਫਲਵਾੜੀ ਵਿੱਚ ਕਿਹੜੇ ਕਿਹੜੀ ਫੁੱਲ ਖਿੜੇ ਰਹਿੰਦੇ ਹਨ ਫਲਵਾੜੀ ਵਿੱਚ ਕਿਹੜੇ-ਕਿਹੜੇ ਫੁੱਲ ਖਿੜੇ ਰਹਿੰਦੇ ਆ ਗੇਂਦਾ ਕਲੀਆਂ ਜਿਨੀਆ ਗੁਲਾਬ ਤੇ ਚਮੇਲੀ ਫੁੱਲਾਂ ਤੇ ਕੀ ਕੀ ਹੁੰਦਾ ਹੈ ਫੁੱਲਾਂ ਤੇ ਕੀ ਕੀ ਹੁੰਦਾ ਬੇਟਾ ਤਿਤਲੀਆਂ ਮਧੂਮੱਖੀਆਂ ਤੇ ਪੰਵਰੇ ਸ਼ਹਿਦ ਦੀਆਂ ਮੱਖੀਆਂ ਫੁੱਲਾਂ ਦਾ ਰਸ ਚੂਸ ਕੇ ਕੀ ਕਰਦੀਆਂ ਹਨ ਕੀ ਕਰਦੀਆਂ ਫੁੱਲਾਂ ਦਾ ਰਸ ਚੂਸ ਕੇ ਸ਼ਹਿਦ ਬਣਾਉਂਦੀਆਂ ਹਨ ਫੁੱਲਵਾੜੀ ਵਿੱਚ ਫੁੱਲਾਂ ਦੇ ਕਿਹੜੇ ਕਿਹੜੀ ਪੌਦੇ ਲੱਗੇ ਹੋਏ ਹਨ ਫੁੱਲਾਂ ਦੇ ਕਿਹੜੇ ਕਿਹੜੇ ਪੌਦੇ ਲੱਗੇ ਹੋਏ ਨੇ ਗੁਲਮੋਹਰ ਨੈਮ ਅਸ਼ੋਕਾ ਆਦ ਫੁੱਲਵਾੜੀ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲਗੀਆਂ ਹੋਈਆਂ ਹਨ ਸਬਜ਼ੀਆਂ ਦੇ ਨਾਮ ਬੇਟਾ ਗਾਜਰਾ ਮੂਲੀਆਂ ਬੈਂਗਣ ਪਿੰਡੀਆਂ ਗੋਭੀ ਤੋਰੀਆਂ ਆਦ ਹੁਣ ਬੇਟਾ ਅਸੀਂ ਇਹਦੀਆਂ ਖਾਲੀ ਥਾਵਾਂ ਭਰਾਂਗੇ ਬੇਟਾ ਇਹ ਖਾਲੀ ਥਾਂ ਦੀ ਆਪਸ਼ਨ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਅਸੀਂ ਪੜਾਂਗੇ ਫਿਰ ਉਹਦੇ ਵਿੱਚ ਸਹੀ ਅਸੀਂ ਖਾਲੀ ਥਾਂ ਉਹਦੇ ਵਿੱਚ ਭਰਾਂਗੇ ਫੁੱਲ ਡੈਸ਼ ਛੜਦੇ ਹਨ ਫੁੱਲ ਕੀ ਛੜਦੇ ਹਨ ਮਹਿਕਾਂ ਤਾਂ ਅਸੀਂ ਇਹਦੇ ਵਿੱਚੋਂ ਕਿਹੜਾ ਸ਼ਬਦ ਚੁਣਿਆ ਹੈ ਮਹਿਕਾਂ ਠੀਕ ਹੈ ਉਸ ਤੋਂ ਅਗਲਾ ਡੈਸ਼ ਫੁੱਲਾਂ ਉੱਪਰ ਕੌਮਦੀ ਰਹਿੰਦੀ ਹੈ ਫੁੱਲਾਂ ਉੱਪਰ ਕੌਣ ਕੌਮਦੀ ਰਹਿੰਦੀ ਹੈ ਤਿਤਲੀ ਤਾਂ ਇਹਦੇ ਵਿੱਚੋਂ ਅਸੀਂ ਕੀ ਚੂਜ਼ ਕੀਤਾ ਹੈਗਾ ਤਿਤਲੀ ਠੀਕ ਇਸ ਤੋਂ ਬਾਅਦ ਬੇਟਾ ਈਡੀ ਡੈਸ਼ ਦੀ ਮੱਖੀ ਫੁੱਲਾਂ ਦਾ ਰਸ ਚੂਸਦੀ ਹੈ ਕਿਹੜੀ ਮੱਖੀ ਸ਼ਹਿਦ ਦੀ ਮੱਖੀ ਜਿਹਨੂੰ ਅਸੀਂ ਮਧੂਮੱਖੀ ਕਹਿੰਦੇ ਹ ਹਨੀ ਵੀ ਕਹਿੰਦੇ ਨੇ ਇੰਗਲਿਸ਼ ਤੇ ਵਿੱਚ ਫੁੱਲਵਾੜੀ ਉਹਨਾਂ ਨੂੰ ਡੈਸ਼ ਫਲ ਦਿੰਦੀ ਹੈ ਕਿਹੜੇ ਫਲ ਦਿੰਦੀ ਹੈ ਤਾਜੀ ਉਹ ਫੁੱਲਵਾੜੀ ਦੀ ਤਾਜੀ ਡੈਸ਼ ਖਾਂਦੇ ਹਨ ਸਬਜ਼ੀ ਅਸੀਂ ਬੇਟਾ ਪੜਾਂਗੇ ਹੇਠ ਦਿੱਤੀ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ ਤਾਂ ਸਭ ਤੋਂ ਪਹਿਲਾ ਹੈਗਾ ਕੋਠੀ ਬੇਟਾ ਕੋਈ ਵੀ ਤੁਸੀਂ ਸੌਖੇ ਤੋਂ ਸੌਖਾ ਵਾਕ ਬਣਾ ਸਕਦੇ ਹੋ ਬਟ ਵਾਕ ਦੇ ਵਿੱਚ ਜਿਹੜਾ ਉਹ ਸ਼ਬਦ ਦਿੱਤਾ ਹੋਇਆ ਉਹ ਵਾਕ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਕੋਠੀ ਤਾਂ ਇਹਦਾ ਵਾਕ ਅਸੀਂ ਕੀ ਬਣਾਵਾਂਗੇ ਇਹ ਸਾਡੀ ਕੋਠੀ ਹੈ ਦੂਸਰਾ ਕੀ ਆ ਮਹਿਕ ਫੁੱਲਾਂ ਵਿੱਚੋਂ ਮਹਿਕ ਆ ਰਹੀ ਹੈ ਤੀਸਰਾ ਤਿਤਲੀ ਤਿਤਲੀ ਦੇ ਖੰਭ ਰੰਗ ਬਰੰਗੇ ਹਨ ਜਾਂ ਤੁਸੀਂ ਇਹ ਵੀ ਬਣਾ ਸਕਦੇ ਹੋ ਕਿ ਤਿਤਲੀ ਬਹੁਤ ਸੁੰਦਰ ਹੈ ਇਸ ਤੋਂ ਬਾਅਦ ਹੈਗਾ ਤਾਜੀ ਤਾਜੀ ਸਬਜੀ ਖਾਓ ਬੇਟਾ kia ਨੰਬਰ 4 ਇਹ ਥਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਬੇਟਾ ਇਹਦੇ ਵਿੱਚ ਕੀ ਆ ਇਹ ਪੰਜਾਬੀ ਦਿੱਤੀ ਹੋਈ ਆ ਫਿਰ ਅਸੀਂ ਇਹਨਾਂ ਦੀ ਹਿੰਦੀ ਬਣਾਉਣੀ ਆ ਫਿਰ ਅਸੀਂ ਇਹਨਾਂ ਦੀ ਅੰਗਰੇਜ਼ੀ ਬਣਾਉਣੀ ਆ ਤਾਂ ਹਿੰਦੀ ਤੇ ਪੰਜਾਬੀ ਦੇ ਵਿੱਚ ਅਸੀਂ ਕੀ ਆ ਐਡਾ ਟਿੱਪੀ ਬੱਬਾ ਅੰਬ ਅੰਬ ਕੀ ਇੱਕ ਫਾਲਾ ਹਿੰਦੀ ਦੇ ਵਿੱਚ ਅਸੀਂ ਇਹਨੂੰ ਕਹਾਂਗੇ ਆਮ ਤਾਂ ਅੰਗਰੇਜ਼ੀ ਦੇ ਵਿੱਚ ਅਸੀਂ ਇਹਨੂੰ ਕਹਾਂਗੇ ਮੰਗੇੋ ਦੂਸਰਾ ਹੈਗਾ ਅਨਾਰ ਤਾਂ ਹਿੰਦੀ ਦੇ ਵਿੱਚ ਆ ਨਾਕੋ ਆਰ ਅਨਾਰ ਤਾਂ ਅੰਗਰੇਜ਼ੀ ਦੇ ਵਿੱਚ ਅਸੀਂ ਕਹਾਂਗੇ ਪੋਮੇਗ੍ਰੇਨਟ P O M E G R A N A T E ਠੀਕ ਹੈ ਤੀਸਰਾ ਹੈ ਗਾਜਰ ਗਾਜਰ ਨੂੰ ਅਸੀਂ ਕਿਵੇਂ ਲਿਖਾਂਗੇ ਗਾ ਕੋ ਆ ਜਰ ਗਾਜਰ ਤਾਂ ਅੰਗਰੇਜ਼ੀ ਵਿੱਚ ਗਾਜਰ ਨੂੰ ਕੀ ਕਹਿੰਦੇ ਨੇ ਕੈਰਟ ਅੱਗੇ ਕੀ ਆ ਗੋਭੀ ਗੋਭੀ ਨੂੰ ਹਿੰਦੀ ਦੇ ਵਿੱਚ ਗਾ ਕੋ O P ਗੋਭੀ ਤਾਂ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਆ ਕਾਲੀ ਫਲਾਰ C A U L I F L O W E R ਕਾਲੀਫਲਾਅ ਅੱਗੇ ਬੇਟਾ ਕੀ ਆ ਮooli ਮooli ਨੂੰ ਅਸੀਂ ਹਿੰਦੀ ਦੇ ਵਿੱਚ ਮooli ਮਾਕੋ ਉ ਲਾਕੋ ਈ ਮooli ਰੈਡੀਸ਼ ਗੁਲਾਬ ਗੁਲਾਬ ਨੂੰ ਅਸੀਂ ਗਾਕੋ ਉ ਲਾਕੋ ਆਬ ਗੁਲਾਬ ਔਰ ਅੰਗਰੇਜ਼ੀ ਦੇ ਵਿੱਚ ਅਸੀਂ ਗੁਲਾਬ ਨੂੰ ਕੀ ਕਹਿੰਦੇ ਆ ਰੋਜ਼ ਹਾਂਜੀ ਬੇਟਾ ਹੁਣ ਅਸੀਂ ਕਰਾਂਗੇ ਵਿਆਕਰਨ ਦਾ ਅਭਿਆਸ ਗ੍ਰਾਮਰ ਐਕਸਰਸਾਈਜ਼ ਅਸੀਂ ਕਰਾਂਗੇ ਜਿਸਦੇ ਵਿੱਚ ਵਿੱਚ ਹੈਗਾ ਬੇਟਾ ហេਠਾਂ ਦਿੱਤੀ ਸ਼ਬਦਾਂ ਦੇ ਵਚਨ ਬਦਲੋ ਵਚਨ ਬਦਲੋ ਕੀ ਹੁੰਦਾ ਬੇਟਾ ਇੱਕ ਤੋਂ ਜ਼ਿਆਦਾ ਬਣਾਉਣਾ ਜਿੱਦਾਂ ਇਸਦੇ ਵਿੱਚ ਇੱਕ ਵਚਨ ਦੇ ਵਿੱਚ ਹੈਗਾ ਮਹਿਕ ਮਹਿਕ ਤੋਂ ਕੀ ਹੋਊਗਾ ਮਹਿਕਾਂ ਤਾਂ ਮਹਿਕਾਂ ਬਣਾਉਣ ਦੇ ਲਈ ਕੱਕੀ ਨੂੰ ਕੰਨਾ ਉੱਪਰ ਬਿੰਦੀ ਠੀਕ ਹੈ ਇਹਦੇ ਨਾਲ ਕੰਨਾ ਪਾਏਗਾ ਮਹਿਕਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜੇ ਪਿਛਲਾ ਅੱਖਰ ਮੁਕਤਾ ਹੋਵੇ ਕੋਈ ਚੰਨਾ ਲੱਗਦਾ ਹੋਵੇ ਤਾਂ ਉਹਦੇ ਨਾਲ ਕੰਨਾ ਪਾ ਕੇ ਅਸੀਂ ਇੱਕ ਸ਼ਬਦ ਤੋਂ ਇੱਕ ਵਚਨ ਤੋਂ ਬਹੁਵਚਨ ਬਣ ਜਾਂਦਾ ਹੈ ਅੱਗੇ ਬੇਟਾ ਹੈਗਾ तितਲੀ तितਲੀ ਦੇ ਵਿੱਚ ਹੁਣ ਮੈਂ ਇਹਦੇ ਜਿਹੜਾ ਪਿਛਲਾ ਅੱਖਰ ਆ ਇਹਨੂੰ ਕੀ ਹੈ ਬਿਹਾਰੀ ਦੀ ਮਾਤਰਾ ਲੱਗੀ ਹੋਈ ਹੈ ਈ ਦੀ ਮਾਤਰਾ ਲੱਗੀ ਹੋਈ ਹੈ ਜਿੱਥੇ ਵੀ ਈ ਦੀ ਮਾਤਰਾ ਲੱਗੀ ਹੋਵੇ ਉੱਥੇ ਹਮੇਸ਼ਾ ਬਹੁਵਚਨ ਬਣਾਉਣ ਲਈ ਉਹਨੂੰ ਕੀ ਹੈ ਐੜਾ ਪੈ ਜਾਂਦਾ ਠੀਕ ਹੈ ਐੜ ਇਹਨੂੰ ਕੰਨਾ ਤਾਂ ਇੱਥੇ तितਲੀ ਆ ਤਾਂ ਸਾਡੇ ਕੋਲ ਕੀ ਬਣ ਗਿਆ ਤਿਤਲੀਆਂ ਭਿੰਡੀ ਪਿੰਡੀਆਂ ਇੱਥੇ ਵੀ ਦੇਖੋ ਇਹਨੂੰ ਬਿਹਾਰੀ ਲੱਗੀ ਹੋਈ ਆ ਤਿਹੜੇ ਨੂੰ ਕੰਨਾਂ ਉੱਤੇ ਬਿੰਦੀ ਪਿੰਡੀਆਂ ਕਿਤਲੀ ਕਿਤਲੀਆਂ ਟੋਕਰੀ ਇੱਥੇ ਵੀ ਰਾਰੇ ਨੂੰ ਕੀ ਲੱਗੀ ਹੋਈ ਆ ਬਿਹਾਰੀ ਟੋਕਰੀ ਟੋਕਰੀਆਂ ਹੁਣ ਦੇਖੋ ਪਪੀਤਾ ਪਪੀਤਾ ਇਹਦਾ ਬਹੁਵਚਨ ਕੀ ਹੋਊਗਾ ਪਪੀਤੇ ਇਹਦੇ ਵਿੱਚ ਤੱਤੇ ਨੂੰ ਕੰਨਾਂ ਬੇਟਾ ਜਿੱਥੇ ਤੱਤੇ ਨੂੰ ਕੰਨਾਂ ਲੱਗਿਆ ਹੁੰਦਾ ਉਥੇ ਬਹੁਵਚਨ ਬਣਾਉਂਦੇ ਸਮੇਂ ਪਿਛਲੇ ਅੱਖਰ ਨੂੰ ਕੰਨਾ ਹਟਾ ਕੇ ਕੀ ਲੱਗ ਜਾਏਗਾ ਲਾਂ ਲੱਗ ਜਾਏਗੀ ਠੀਕ ਹੈ ਪਪੀਤਾ ਪਪੀਤੇ ਮੂਲੀ ਮੂਲੀਆਂ ਇਹ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਪਿਛਲੇ ਅੱਖਰ ਨੂੰ ਜੇ ਬਿਹਾਰੀ ਲੱਗੀ ਹੋਵੇ ਤਾਂ ਐਣੇ ਨੂੰ ਕੰਨਾ ਉੱਤੇ ਬਿੰਦੀ ਤਾਂ ਇੱਕ ਵਚਨ ਤੋਂ ਬਹੁਵਚਨ ਬਣ ਜਾਏਗਾ ਮੂਲੀ ਤੋਂ ਮੂਲੀਆਂ ਟੋਰੀ ਟੋਰੀਆਂ ਖੇੜ ਖੇਡਾਂ ਇੱਥੇ ਦੇਖੋ ਬੇਟਾ ਪਿਛਲਾ ਅੱਖਰ ਕੀ ਆ ਡੱਡਾ ਆ ਡੱਡੇ ਨੂੰ ਕੋਈ ਮਾਤਰਾ ਨਹੀਂ ਲੱਗੀ ਇਹ ਮੁਕਤਾ ਆ ਤਾ ਇਸ ਨੂੰ ਬਾਅਦ ਬਹੁਤ ਜ਼ਿਆਦਾ ਬਣਾਉਣ ਦੇ ਲਈ ਬਹੁਵਚਨ ਕਰਨ ਦੇ ਲਈ ਖੇਡ ਤੋਂ ਕੀ ਬਣ ਗਿਆ ਖੇਡਾਂ ਡੱਡੇ ਨੂੰ ਕੰਨਾ ਉੱਪਰ ਬਿੰਦੀ ਇਸ ਤਰ੍ਹਾਂ ਫੁੱਲਾ ਬੇਟਾ ਫੁੱਲ ਦੇ ਵਿੱਚ ਦੇਖੋ ਇਹ ਵੀ ਲੱਲਾ ਡੱਡੇ ਵਾਂਗੂ ਇਹ ਵੀ ਮੁਕਤਾ ਆ ਲੱਲੇ ਨਾਲ ਕੋਈ ਮਾਤਰਾ ਨਹੀਂ ਲੱਗੀ ਪਿੱਛੇ ਤਾਂ ਇਹਨੂੰ ਅਸੀਂ ਕੰਨਾ ਲਾ ਕੇ ਉੱਪਰ ਕੀ ਲਾ ਦਾਂਗੇ ਬਿੰਦੀ ਤਾਂ ਇਹ ਕੀ ਬਣ ਗਿਆ ਫੁੱਲ ਤੋਂ ਕੀ ਬਣ ਗਿਆ ਫੁੱਲਾਂ ਫੁੱਲਾ ਠੀਕ ਹੈ ਇਸ ਤੋਂ ਬਾਅਦ ਬੇਟਾ ਅਸੀਂ ਕਰਾਂਗੇ ਹੀਠਾਂ ਦਿੱਤੇ ਸ਼ਬਦਾਂ ਨੂੰ ਠੀਕ ਕਰਕੇ ਲਿਖੋ। ਇਹਦੇ ਵਿੱਚ ਬੇਟਾ ਗਲਤ ਸ਼ਬਦ ਨੇ ਅਸੀਂ ਇਹਨਾਂ ਨੂੰ ਠੀਕ ਕਰਕੇ ਲਿਖਣਾ। ਜਿਵੇਂ ਉਹਨੇ ਬੇਟਾ ਇੱਥੇ ਗੋਭੀ ਪਾਇਆ ਗੱਗੇ ਨੂੰ ਹੋੜਾ ਗੋ ਬੱਬੇ ਨੂੰ ਬਿਹਾਰੀ ਪਾਈ ਆ ਬੇਟਾ ਬੱਬੇ ਨੂੰ ਬਿਹਾਰੀ ਨਹੀਂ ਗੋਭੀ ਹੁੰਦਾ ਤਾਂ ਬੱਬੇ ਦੀ ਜਗ੍ਹਾ ਤੇ ਕੀ ਪਾਉਣਾ ਸੀਗਾ ਪੱਬਾ ਤਾਂ ਇੱਥੇ ਬੱਬੇ ਦੀ ਜਗ੍ਹਾ ਤੇ ਕੀ ਪਊਗਾ ਪੱਬਾ ਇਹਵੇਂ ਉਹਨੇ ਬੇਟਾ ਇੱਥੇ ਪੱਪਾ ਪੱਪੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਪਾ ਪਿਤਾ ਪਪੀਤਾ ਇਹ ਬੇਟਾ ਗਲਤ ਆ ਤਾਂ ਅਸੀਂ ਨੂੰ ਪਪੀਤਾ ਲਿਖਣਾ ਤਾਂ ਇਹਦੀ ਸਿਹਾਰੀ ਘਟ ਕੇ ਪੱਪੇ ਨੂੰ ਕੀ ਪੈਣਾ ਸੀਗਾ ਬਿਹਾਰੀ ਤਾਂ ਇਹ ਕੀ ਬਣ ਜੇਗਾ ਪਪੀਤਾ ਐਵੇਂ ਬੇਟਾ ਤਾਜ਼ਾ ਲਿਖਿਆ ਹੋਇਆ ਇਹਦੇ ਵਿੱਚ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਪਾਉਣੀ ਸੀ ਇਹ ਫਾਰਸੀ ਭਾਸ਼ਾ ਦੇ ਸ਼ਬਦ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਅਸੀਂ ਪੜ੍ਹਦੇ ਆਂ 35 ਅਖਰੀ ਦੇ ਵਿੱਚ ਜਿਹੜੇ 6 ਅੱਖਰ ਨੇ ਉਹ ਫਾਰਸੀ ਭਾਸ਼ਾ ਦੇ ਨੇ ਜਿਨ੍ਹਾਂ ਦੇ ਪੈਰ ਦੇ ਵਿੱਚ ਕੀ ਪੈਂਦਾ ਬਿੰਦੀਆਂ ਪੈਂਦੀਆਂ ਨੇ ਤਾਂ ਇੱਥੇ ਜੱਜੇ ਦੇ ਪੈਰ 'ਚ ਬਿੰਦੀ ਨਹੀਂ ਪਾਈ ਹੋਈ ਤਾਂ ਅਸੀਂ ਇੱਥੇ ਤਾਜ਼ਾ ਦੇ ਵਿੱਚ ਜੱਜੇ ਦੇ ਪੈਰ ਦੇ ਵਿੱਚ ਕੀ ਪਾਵਾਂਗੇ ਬਿੰਦੀ ਇਸ ਤੋਂ ਬਾਅਦ ਬੇਟਾ ਉਹਨਾਂ ਨੇ ਲਿਖਿਆ ਜਾਮਨ ਜਾਮਨ ਨੰਨੇ ਨਾਲ ਨਹੀਂ ਹੁੰਦਾ ਜਾਮਨ ਕਿਹਦੇ ਨਾਲ ਹੁੰਦਾ ਨਾਣੇ ਨਾਲ ਤਾਂ ਨੰਨਾ ਘੱਟ ਕੇ ਅਸੀਂ ਕੀ ਪਤਾ ਇੱਥੇ ਨਾਣਾ ਜਾਮਨ ਗੇਦਾ ਗੇਦਾ ਨਹੀਂ ਹੁੰਦਾ ਬੇਟਾ ਗਿੰਦਾ ਹੁੰਦਾ ਗਿੰਦਾ ਜਦੋਂ ਅਸੀਂ ਗਿੰਦਾ ਬੋਲਾਂਗੇ ਤਾਂ ਆਟੋਮੈਟਿਕਲੀ ਸਾਡੀ ਜਿਹੜੀ ਹੈਗੀ ਆ ਆਵਾਜ਼ ਆਏਗੀ ਬਿੰਦੀ ਦੀ ਤਾਂ ਗੱਗੇ ਨੂੰ ਲਾਂ ਉੱਤੇ ਬਿੰਦੀ ਗਿੰਦਾ ਗਿੰਦਾ ਕੀ ਇੱਕ ਫੁੱਲ ਆ ਫੁੱਲਾ ਗਿੰਦਾ ਤਾਂ ਇੱਥੇ ਬਿੰਦੀ ਨਹੀਂ ਲਾਈ ਸੀ ਅਸੀਂ ਇਹਦੇ ਬਿੰਦੀ ਲਾ ਕੇ ਕੀ ਬਣਾਤਾ ਗਿੰਦਾ ਬੇਟਾ ਬਹੁਤ ਫਰਕ ਹੁੰਦਾ ਇੰਨਾ ਬਿੰਦੀਆਂ ਜੇ ਕਿਤੇ ਬਿੰਦੀ ਨਾ ਪਈ ਹੋਵੇ ਟਿੱਪੀ ਨਾ ਪਈ ਹੋਵੇ ਅੱਖਰਾਂ ਨੂੰ ਬੋਲਣ ਦੇ ਲਈ ਉਦੋਂ ਬਹੁਤ ਜ਼ਿਆਦਾ ਫਰਕ ਪੈਂਦਾ ਤਾਂ ਇੱਥੇ ਨਹੀਂ ਇੱਥੇ ਬਣ ਜਾਣਾ ਸੀ ਗੱਗੇ ਲਾਂਗੇ ਦਦੇ ਕਨਾਂ ਦਾ ਗੇਦਾ ਗੇਦਾ ਨਹੀਂ ਗਿੰਦਾ ਤਾਂ ਬਿੰਦੀ ਦੀ ਆਵਾਜ਼ ਆ ਰਹੀ ਹੈ ਤਾਂ ਅਸੀਂ ਬਿੰਦੀ ਪਾਵਾਂਗੇ ਅੱਗੇ ਫਫਾ ਲੱਲਾ ਫਲਵਾੜੀ ਫਲਵਾੜੀ ਨਹੀਂ ਬੇਟਾ ਫੁੱਲਵਾੜੀ ਹੁੰਦਾ ਤਾਂ ਫੁੱਲਵਾੜੀ ਦੇ ਲਈ ਅਸੀਂ ਕੀ ਕਰਾਂਗੇ ਫਫੇ ਦੇ ਔਂਕੜ ਪਾ ਕੇ ਫੁੱਲ ਵਾੜੀ ਤਾਂ ਇੱਥੇ ਔਂਕੜ ਨਹੀਂ ਸੀ ਪਾਇਆ ਸੀ ਅੰਕੜ ਪਾ ਦਿੱਤਾ ਠੀਕ ਹੈ ਜੀ ਇਸ ਦੇ ਨਾਲ ਹੀ ਬੇਟਾ ਤੁਹਾਡਾ ਜਿਹੜਾ ਇਹ ਲੈਸਨ ਖਤਮ ਹੁੰਦਾ ਤੁਸੀਂ ਸਾਰੇ ਬੱਚਿਆਂ ਨੇ ਇਸ ਲੈਸਨ ਰੀਡ ਕਰਨਾ ਔਰ ਇਹਦਾ ਸਾਰਾ ਬੁੱਕ ਵਰਕ ਤੁਸੀਂ ਕਰਨਾ ਥੈਂਕ ਯੂ